ਹੋਣਗੇ। ਤਸਵੀਰਾਂ ਜਲੰਧਰ ਦੇ ਅਜੀਤ ਐਡੀਟੋਰੀਅਮ ਦੀਆਂ ਨੇ ਜਿੱਥੇ ਬਜਿੰਦਰ ਸਿੰਘ ਹਮਦਰਦ ਦੇ ਸਮਰਥਨ 'ਚ ਆਲ ਪਾਰਟੀ ਮੀਟਿੰਗ ਰੱਖੀ ਗਈ ਸੀ। ਹਾਲਾਂਕਿ ਆਮ ਆਦਮੀ ਪਾਰਟੀ ਇਸ ਮੀਟਿੰਗ ਦਾ ਹਿੱਸਾ ਨਹੀਂ ਸੀ। ਇਸ ਮੀਟਿੰਗ 'ਚ ਜਿੱਥੇ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ, ਉੱਥੇ ਹੀ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਵੀ ਮੰਚ ਸਾਂਝਾ ਕੀਤਾ। ਇਸ ਦੌਰਾਨ ਮੰਚ ਤੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਗਲੇ ਮਿਲਦੇ ਦਿਖਾਈ ਦਿੱਤੇ ਤੇ ਸਿੱਧੂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਅੱਜ ਤੋਂ ਸਾਡੀ ਜਾਰੀ ਪੱਕੀ ਹੈ। ਦੱਸ ਦਈਏ ਕਿ ਕੱਟੜ ਸਿਆਸੀ ਵਿਰੋਧੀ ਅੱਜ ਇਕੱਠੇ ਨਜ਼ਰ ਆਏ ਤੇ ਹਾਸਾ ਠੱਠਾ ਕਰਦੇ ਹੋਏ ਦਿਖਾਈ ਦਿੱਤੇ। ਨਵਜੋਤ ਸਿੰਘ ਸਿੱਧੂ ਤੇ ਮਜੀਠੀਆ ਜਦੋਂ ਸਿਆਸੀ ਤੌਰ ਤੇ ਵੱਖ ਹੋਏ ਸਨ ਤਾਂ ਉਹ ਅਕਸਰ ਹੀ ਇੱਕ ਦੂਜੇ ਖਿਲਾਫ ਜੰਮ ਕੇ ਭੜਾਸ ਕੱਢਦੇ ਨਜ਼ਰ ਆਉਂਦੇ ਸਨ, ਪਰ ਅੱਜ ਤਸਵੀਰ ਬਿਲਕੁਲ ਇਸ ਦੇ ਉਲਟ ਦਿਖਾਈ ਦਿੱਤੀ ਹੈ। ਹਾਲਾਂਕਿ ਮੰਚ ਕਿਸੇ ਸੰਜੀਦਗੀ ਭਰੇ ਮੁੱਦੇ ਵਾਸਤੇ ਸੀ, ਪਰ ਇਹ ਇੱਕ ਕਾਮੇਡੀ ਸ਼ੋਅ ਬਣ ਕੇ ਰਹਿ ਗਿਆ। ਤੁਸੀਂ ਵੀ ਦੇਖੋ ਇਹ ਪੂਰਾ ਵੀਡੀਓ ਤੇ ਕਮੈਂਟਾਂ 'ਚ ਰੱਖੋ ਆਪਣੇ ਕੀਮਤੀ ਵਿਚਾਰ। ਇਨਸਾਨ ਕਿੰਨਾ ਵੀ ਕਿਸੇ ਦੇ ਨਾਲ ਮਨ ਮੁਟਾਵ ਹੋਣ, ਉਹ ਮੇਰੇ ਮਨ ਮੁਟਾਵ ਹੈਗੇ, ਮੈਂ ਜ਼ਾਹਰ ਕੀਤੇ, ਲੇਕਿਨ ਨਹੀਂ ਨਹੀਂ ਪਰ ਜਦੋਂ ਆਦਮੀ ਸਾਰੀ ਦੁਨੀਆਂ ਦੇ ਸਾਹਮਣੇ ਕਿਸੇ ਨੂੰ ਮਿਲੇ ਤੇ ਇੰਨੇ ਜੋਗਾ ਨਾ ਹੋਵੇ ਵੀ ਹੱਥ ਮਿਲਾ ਲੈ, ਇੰਨੇ ਜੋਗਾ ਚਲੋ ਚੱਪੀ ਪਾਈਏ ਪੱਪੀ ਹਿੱਲੇ ਇਸੇ ਤਰ੍ਹਾਂ ਜਵਾਨ ਲਈ ਇਸੇ ਤਰ੍ਹਾਂ ਇਮਾਨਦਾਰੀ ਦਾ ਲੜ ਫੜ ਕੇ